ਸਾਰਿਆਂ ਦੇ ਲਵਾਤੇ ਜੀ ਜੋੜੇ ਹਾਂ ਲਾ ਦੋ ਭਾਈ ਲਾ ਦੋ ਮੈਂ ਵੀ ਦੇਖੋ ਕਿੱਦਾਂ ਦੇ ਪਾਏ ਲੱਗਾ ਲਾਉਣ ਮੈਂ ਤਾਂ ਬੈਗ 'ਚ ਪਾ ਲੈਣਾ ਸਾਰਾ ਕੁਝ ਜੀ ਸਿਸਟਮ ਆਪਣੇ ਕੋਲ ਸਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥਾਈਲੈਂਡ ਦੇ ਵਿੱਚ ਦੂਸਰਾ ਦਿਨ ਆ ਤੇ ਮੈਂ ਇਸ ਟਾਈਮ ਹੈਗਾ ਜੀ ਕਰਾਬੀ ਸ਼ਹਿਰ ਦੇ ਵਿੱਚ ਅੱਜ ਮਾਰਨਿੰਗ ਉੱਠ ਗਏ ਆ ਜਲਦੀ ਤੇ ਰੈਡੀ ਹੋ ਗਿਆ ਹੁਣ ਅੱਜ ਮੈਂ ਕਰਵਾਈ ਹੈ ਜੀ ਇੱਥੇ ਫੀਫੀ ਆਈਲੈਂਡ ਦੀ ਬੁਕਿੰਗ ਕਰਵਾਈ ਹੈ ਉੱਥੇ ਬੋਟ ਦੇ ਨਾਲ ਜਾਣਾ ਪੈਂਦਾ ਆ ਅਤੇ ਇੱਥੇ ਇੱਕ ਬਹੁਤ ਸੋਹਣਾ ਆਈਲੈਂਡ ਹੈ ਫੀਫੀ ਹੋਰ ਵੀ ਆਈਲੈਂਡ ਹੈਗੇ ਨੇ ਕਈ ਆਈਲੈਂਡ ਜਿਹੜੇ ਨੇ ਉਹ ਸਰਕਾਰ ਨੇ ਕਰੋਨਾ ਦੇ ਕਰਕੇ ਬੰਦ ਕੀਤੇ ਹੋਏ ਨੇ ਹਜੇ ਉਹਨਾਂ ਨੇ ਸ਼ੁਰੂ ਨਹੀਂ ਕੀਤੇ ਮੇ ਬੀ ਸ਼ਾਇਦ ਕਹਿੰਦੇ ਸੀਗੇ ਕਿ ਜਦੋਂ ਮੈਂ ਬੁਕਿੰਗ ਕਰਾਉਣ ਗਿਆ ਇੱਕ ਦੋ ਮਹੀਨੇ ਦੇ ਵਿੱਚ ਸ਼ਾਇਦ ਖੁੱਲ੍ਹ ਜਾਣਗੇ ਅਤੇ ਇਕੱਲਾ ਫੀਫੀ ਆਈਲੈਂਡ ਨਹੀਂ ਹੈਗਾ ਹੋਰ ਵੀ ਲਾਗੇ ਲਾਗੇ ਛੋਟੇ ਛੋਟੇ ਹੈਗੇ ਨੇ ਅੱਜ ਜਿੱਥੇ ਘੁੰਮਣ ਚੱਲੇ ਹਾਂ ਅਤੇ ਹੁਣ ਮੋਰਨਿੰਗ ਬ੍ਰੇਕਫਾਸਟ ਕਰਨਾ ਹੈ ਹਜੇ ਟਾਈਮ 10-15 ਮਿੰਟ ਹੈਗੇ ਨੇ ਮੇਰੇ ਕੋਲ 10-15 ਮਿੰਟ 'ਚ ਠੀਕ ਆ ਕੋਈ ਗੱਲ ਨਹੀਂ ਬ੍ਰੇਕਫਾਸਟ ਕਰ ਲੈਣਾ ਅਤੇ ਜਿਹੜਾ ਲੰਚ ਆ ਉਹ ਉਹਨਾਂ ਨੇ ਪ੍ਰੋਵਾਈਡ ਕਰਾਉਣਾ ਆ ਜਿਹੜੇ ਟੂਰ ਲੈ ਕੇ ਚੱਲੇ ਆ ਜਲਦੀ ਜਲਦੀ ਕਰਾਂਗੇ ਬ੍ਰੇਕਫਾਸਟ ਕਰਕੇ ਅਤੇ ਹੁਣ ਟਾਈਮ ਹੋ ਗਿਆ 8:10 8:20 ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਉੱਥੋਂ ਪਿੱਕ ਕਰ ਲਵਾਂਗੇ ਹੋਟਲ ਤੋਂ ਫੀਫੀ ਆਈਲੈਂਡ ਜਿਹਨਾਂ ਨੇ ਲੈ ਕੇ ਜਾਣਾ ਆ ਸਾਨੂੰ ਅਤੇ ਹੁਣ ਛੇਤੀ ਛੇਤੀ ਬ੍ਰੇਕਫਾਸਟ ਡਨ ਕਰਦੇ ਹਾਂ ਮਿਲਦੇ ਹਾਂ ਬਾਅਦ ਵਿੱਚ ਹਾਂਜੀ ਗੱਡੀ ਲੈਣ ਆ ਗਈ ਹੈ ਜੀ ਅਤੇ ਹੁਣ ਚੱਲੇ ਹਾਂ ਫੀਫੀ ਆਈਲੈਂਡ ਅਜੇ ਤਾਂ ਗੱਡੀ 'ਚ ਆ ਅਤੇ ਅੱਗੇ ਬੋਟ 'ਤੇ ਹਜੇ ਜਾਣਾ ਆ ਅਤੇ ਦੇਖਦੇ ਹਾਂ ਇੱਥੋਂ ਬਹੁਤ ਸੋਹਣੀ ਵੀਡੀਓ ਬਣ ਰਹੀ ਤਾਂ ਮੈਂ ਬਣਾ ਰਿਹਾ ਨਹੀਂ ਤਾਂ ਹੁਣ ਸਮੁੰਦਰ ਵਿੱਚ ਜਾਣਾ ਆ ਉੱਥੇ ਤਾਂ ਬਹੁਤ ਜਗ੍ਹਾ ਹੋਣੀ ਹੈ ਵੀਡੀਓ ਬਣਾਉਣ ਵਾਸਤੇ ਪਰ ਮੇਰਾ ਦਿਲ ਕੀਤਾ ਮੈਂ ਇੱਥੇ ਵੀ ਬਣਾ ਰਿਹਾ ਇਹਨਾਂ ਨੇ ਟੈਗ ਜਿਹਾ ਲਾਤਾ ਕਿਉਂਕਿ ਅੰਦਰ ਜਾਣਾ ਫਿਰ ਨਿਸ਼ਾਨੀ ਹੁੰਦੀ ਨਾ ਇਹਨਾਂ ਦੇ ਆਪਣੇ ਬੰਦਿਆਂ ਦੀ ਹੋਰ ਵੀ ਕਈ ਸ਼ਿਪਾਂ ਬੋਟ ਜੋ ਵੀ ਕਹਿ ਸਕਦੇ ਹੋ ਤੁਸੀਂ ਅੰਦਰ ਗਏ ਹੁੰਦੇ ਨੇ ਫਿਰ ਉਹਨਾਂ ਦਾ ਆਪਣੀ ਆਪਣੀ ਨਿਸ਼ਾਨੀ ਹੁੰਦੀ ਹੈ ਇਹਨਾਂ ਨੇ ਬੰਦੇ ਪਛਾਣ ਕੇ ਵਾਪਸ ਵੀ ਲੈ ਕੇ ਆਉਣੇ ਆ ਬਹੁਤ ਸੋਹਣਾ ਵਿਊ ਆ ਇੱਥੋਂ ਬਹੁਤ ਹੀ ਸੋਹਣਾ ਹਜੇ ਤਾਂ ਇਹ ਸਟਾਰਟ ਕਰਨਾ ਆ ਹਜੇ ਤਾਂ ਬਿਲਕੁਲ ਜਿੱਦਾਂ ਇਹਨਾਂ ਨੇ ਹੱਥ ਦੇ ਉੱਤੇ ਰੀਬਨ ਜਿਹਾ ਬੰਨ ਦਿੱਤਾ ਆ ਨਿਸ਼ਾਨੀ ਲਾ ਦਿੱਤੀ ਆ ਕਿ ਇਹ ਜਿਹੜਾ ਗਰੁੱਪ ਆ ਇਹ ਸਾਡਾ ਆ ਕਿ ਬਾਅਦ ਵਿੱਚ ਇਹਨਾਂ ਨੇ ਸਾਰੇ ਫਿਰ ਕਾਊਂਟ ਕਰਕੇ ਵਾਪਸ ਵੀ ਲੈ ਕੇ ਆਉਣੇ ਨੇ ਅਤੇ ਬਹੁਤ ਸੋਹਣਾ ਵਿਊ ਆ ਫਿਲਹਾਲ ਇੱਥੋਂ ਹਜੇ ਸਟਾਰਟਿੰਗ ਤੋਂ ਹੀ ਬੜਾ ਸੋਹਣਾ ਵਿਊ ਆ ਅਤੇ ਜਿਹੜੇ ਅੰਦਰ ਆਈਲੈਂਡ ਇੱਥੋਂ ਦੇਖ ਰਹੇ ਨੇ ਜਦੋਂ ਉੱਥੇ ਜਾਵਾਂਗੇ ਤਾਂ ਬਾ ਕਮਾਲ ਹੋ ਜਾਣੀ ਆ ਸਕਾਂ ਬਟ ਇੱਥੇ ਇੰਨਾ ਕੁਛ ਆ ਕਿ ਕਰਿਆ ਨਹੀਂ ਜਾਣਾ ਮੈਨੂੰ ਪਤਾ ਆ ਬਹੁਤ ਕੁਛ ਦੇਖਣ ਨੂੰ ਆ ਬਹੁਤ ਸੋਹਣਾ ਲਾਈਵ ਦੇਖਣ ਨੂੰ ਇੰਨਾ ਸੋਹਣਾ ਦਿਲ ਨੂੰ ਸਕੂਨ ਮਿਲਦਾ ਆ ਜਦੋਂ ਅਸੀਂ ਲਾਈਵ ਦੇਖਦੇ ਹਾਂ ਸਾਡਾ ਤਾਂ ਸਿਰਫ ਮਕਸਦ ਇਹ ਆ ਵੀਡੀਓ ਦੇ ਵਿੱਚ ਵਲੌਗ ਬਣਾ ਕੇ ਤੁਹਾਨੂੰ ਦੱਸਣਾ ਦਿਖਾਉਣਾ ਕਿ ਇੱਥੇ ਆਹ ਕੁਛ ਹੈਗਾ ਆ ਫਿਰ ਤੁਸੀਂ ਜਦੋਂ ਆਪ ਲਾਈਵ ਆ ਕੇ ਦੇਖੋਗੇ ਉਹਦਾ ਤੁਹਾਨੂੰ ਨਜ਼ਾਰਾ ਵੱਖਰਾ ਮਿਲਣਾ ਬਹੁਤ ਸੋਹਣਾ ਅਤੇ ਬਹੁਤ ਵਧੀਆ ਆ ਬਾਕੀ ਕਈ ਇੱਥੇ ਹੁਣ ਸਾਡੇ ਦੇਸੀ ਬੰਦੇ ਵੀ ਹੈਗੇ ਆ ਜਦੋਂ ਦੇਖਦੇ ਆ ਵੀਡੀਓ ਬਣਾਉਂਦਾ ਕਿੱਦਾਂ ਕਰਦਾ ਹੁਣ ਕੀ ਕਰੀਏ ਅਸੀਂ ਤਾਂ ਸਾਰਾ ਕੁਛ ਹੀ ਬਣਾਉਣਾ ਸਾਰਾ ਕੁਛ ਹੀ ਦੇਖਣਾ ਆ ਰਿਕਾਰਡ ਕਰਕੇ ਬਣਾ ਕੇ ਪਾਵਾਂਗੇ ਅਤੇ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚੇਗੀ ਉੱਦਾਂ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਇੱਥੇ ਵਾਰਨਿੰਗ ਵੀ ਦਿੱਤੀ ਹੋਈ ਹੈ ਕਿ ਅੱਜ ਤਾਂ ਬੀਵੇਅਰ ਆਫ ਦੀ ਜੈਲੀ ਫਿਸ਼ ਇੱਦਾਂ ਦੀਆਂ ਚੀਜ਼ਾਂ ਤੋਂ ਬਚਣਾ ਹੈ ਧਿਆਨ ਦੇਣਾ ਜਦੋਂ ਤੁਸੀਂ ਇੱਥੇ ਆਉਣਾ But on the way, you know, we don't sure because the boat go
all the time. We don't show the real cup all the room. Okay? It's safety for everybody. Understand me? Yeah. Yeah. Thank you. Okay, it's your name now. Hold on. Don't forget and don't forget me. Thank you. Thank you. ਰੱਬ ਵੱਲੋਂ ਵੇਖ ਲਓ ਇਹ ਸਾਡਾ ਹੈਗਾ ਔਰੇਂਜ ਗਰੁੱਪ ਹੋ ਕਿੱਦਾਂ ਇੱਦਾਂ ਕਰਕੇ ਅਤੇ ਸਾਰਾ ਜਾ ਰਿਹਾ ਔਰੇਂਜ ਗਰੁੱਪ ਇਕੱਠਾ ਹੋ ਗਿਆ ਕਿਸਮਤ ਵੱਲੋਂ ਅੱਜ ਔਰੇਂਜ ਔਰੇਂਜ ਹੋ ਗਿਆ ਸਾਰਾ ਕੁਝ ਜੀ ਆਹ ਸਾਰਾ ਗਰੁੱਪ ਹੈ ਜੀ ਜਿਹੜੇ ਅਸੀਂ ਜਾ ਰਹੇ ਹਾਂ ਮੱਲੇ ਬੱਲੇ ਹੋਣੀ ਆ ਸਾਰੇ ਮੇਰੇ ਵੱਲ ਵਹਿੰਦੇ ਆ ਮੈਂ ਜੀਨ ਦੀ ਪੈਂਟ ਦੇ ਨਾਲ ਸ਼ੂਜ਼ ਪਾਏ ਆ ਕੋਈ ਗੱਲ ਨਹੀਂ ਸਾਡਾ ਜਿਹੜਾ ਨਾ ਮੋਢੇ 'ਤੇ ਪਾਇਆ ਇਹ ਹੈਗਾ ਮੈਜਿਕ ਬੈਗ ਸਾਰਾ ਹਸਲਾ ਰੱਖਿਆ ਇਹਦੇ ਵਿੱਚ ਹੁਣੇ ਆਪਾਂ ਦੋ ਮਿੰਟਾਂ 'ਚ ਸਾਰਾ ਕੁਝ ਚੇਂਜ ਕਰ ਮਾਰਨਾ ਆ ਗਈਆਂ ਜੀ ਬੋਟਾਂ ਜੀ ਇੱਧਰ ਕੁਝ ਇੱਦਾਂ ਦੀਆਂ ਬੋਟਾਂ ਆ ਜੀ ਜਿਨ੍ਹਾਂ ਦੇ ਵਿੱਚ ਜਾਣਾ ਆ ਸਪੀਡ ਬੋਟਾਂ ਜਿਹੜੀਆਂ ਮਾਰ ਲਿਆ ਚੇਂਜ ਜੀ ਕਰ ਲਿਆ ਜੀ ਚੇਂਜ ਬਸ ਚੱਲਿਆ ਵਿੱਚ ਦੇ ਹੁਣ ਚੜ ਜਾ ਵੀਰ ਰੱਬ ਦਾ ਨਾਂ ਲੈ ਕੇ ਸੋਹਣੇ ਆ ਉਹ ਚੜ ਗਿਆ ਜੀ ਇਹਨਾਂ ਦਾ ਹੁੰਦਾ ਹੈ ਜੀ ਜਦੋਂ ਆਪਾਂ ਇਹਨਾਂ ਨੂੰ ਬੁੱਕ ਕਰਦੇ ਹਾਂ ਤਾਂ ਕਹਿੰਦੇ ਨਹੀਂ 8:30 ਵਜੇ ਨਿਕਲਾਂਗੇ ਅਤੇ ਉੱਦਾਂ ਨਿਕਲੇ ਤਾਂ 8:30 ਵਜੇ ਹੀ ਆ ਕੋਈ 5 ਮਿੰਟ ਉੱਪਰ ਹੋਏ ਹੋਣਗੇ ਹੁਣ ਰਾਈਟ ਨਾਓ ਹੁਣ ਟਾਈਮ ਹੋ ਗਿਆ ਜੀ 9:22 ਦੋ ਬੰਦੇ ਇਹਨਾਂ ਦੇ ਕੋਈ ਹੋਰ ਆਉਂਦੇ ਪਏ ਉਹਨਾਂ ਦੀ ਵੇਟ ਕਰਨ ਡੇ ਹਾਂ ਅਤੇ ਆਹ ਤੁਸੀਂ ਹਿਸਾਬ ਲਾ ਲਓ ਕਿ ਇੰਨਾ ਕੁ ਟਾਈਮ ਲੱਗ ਹੀ ਜਾਂਦਾ ਹੈ ਯਾਨੀ ਕਿ 8:30 ਵਜੇ ਉੱਥੋਂ ਤੁਹਾਨੂੰ ਪਿੱਕ ਕਰਨਗੇ ਹੋਟਲ 'ਚੋਂ ਅਤੇ ਫਿਰ ਉਹਦੇ ਤੋਂ ਬਾਅਦ ਇਹ ਆਪਣੇ ਲੈ ਕੇ ਜਾਣਗੇ ਜਿੱਥੇ ਵੀ ਇਹਨਾਂ ਦਾ ਗਰੁੱਪ ਸਾਰਾ ਇਕੱਠਾ ਹੁੰਦਾ ਆ ਫਿਰ ਉਹਦੇ ਤੋਂ ਬਾਅਦ ਇੱਦਾਂ ਇੱਥੇ ਲੈ ਕੇ ਆਉਣਗੇ ਸ਼ਿਪ ਦੇ ਵਿੱਚ ਬਿਠਾਉਣਗੇ ਲਾਈਫ ਜੈਕਟ ਵਗੈਰਾ ਜਿਹੜੀਆਂ ਸਾਰੀਆਂ ਪਾਉਣ ਨੂੰ ਦਿੰਦੇ ਨੇ ਮੈਂ ਤਾਂ ਹਜੇ ਪਾਈ ਨਹੀਂ ਕਿਉਂਕਿ ਤੁਰੀ ਨਹੀਂ ਹੈਗੀ ਜਦੋਂ ਚੱਲੂਗੀ ਫਿਰ ਦੇਖ ਲਵਾਂਗੇ ਤਾਂ ਨਜ਼ਾਰੇ ਪੂਰੇ ਫੁੱਲ ਆ ਜਿੱਦਾਂ ਕੱਲ੍ਹ ਸ਼ਾਮੀ ਆਇਆ ਅਤੇ ਸ਼ਾਮੀ ਜਦੋਂ ਮੈਂ ਬੀਚ 'ਤੇ ਘੁੰਮ ਰਿਹਾ ਸੀ ਅਤੇ ਉੱਥੇ ਮੈਨੂੰ ਇੰਡੀਅਨ ਮਿਲੇ ਉਹ ਮਹਾਰਾਸ਼ਟਰ ਤੋਂ ਸੀਗੇ ਇੱਕ ਬਾਈ ਰੋਪੜ ਦਾ ਸੀਗਾ ਅਤੇ ਉਹਨਾਂ ਨੇ ਦੇਖਿਆ ਮੈਨੂੰ ਇੱਦਾਂ ਸ਼ੂਟ ਕਰਦੇ ਨੂੰ ਅਤੇ ਪੁੱਛਣ ਲੱਗ ਗਏ ਕਹਿੰਦੇ ਭਾਅ ਜੀ ਸ਼ੂਟ ਕਰਨ ਦੇ ਉਹ ਮੈਂ ਕਿਹਾ ਹਾਂ ਮੈਂ ਵਲੋਗ ਬਣਾਉਣਾ ਯੂਟਿਊਬ 'ਤੇ ਚੈਨਲ ਆ ਮੇਰਾ ਅਤੇ ਉਹਨਾਂ ਨੇ ਫਿਰ ਦੱਸਿਆ ਕਹਿੰਦੇ ਕਿ ਭਾਅ ਜੀ ਫਿਸ਼ੀ ਆਈਲੈਂਡ ਗਏ ਹੋ ਅਤੇ ਮੈਂ ਕਿਹਾ ਨਹੀਂ ਇੱਦਾਂ ਹੀ ਹੁੰਦਾ ਆ ਕਿ ਹੁਣ ਜਿੱਦਾਂ ਮੇਰੇ ਕੋਲ ਸਿਰਫ 2-3 ਦਿਨ ਹੀ ਨੇ ਇੱਥੇ 2 ਨਾਈਟਾਂ ਦੇ 3 ਦਿਨ ਫਿਰ ਇਸ ਕਰਕੇ ਮੈਂ ਫਿਰ ਕਹੋ ਵੀ ਕੱਲ੍ਹ ਸ਼ਾਮੀ ਪਤਾ ਕੀਤਾ ਅਤੇ ਇੱਥੇ ਜਦੋਂ ਤੁਸੀਂ ਕਰਾਬੀ ਥਾਈਲੈਂਡ ਦੇ ਵਿੱਚ ਕਰਾਬੀ ਆਓ ਕਰਾਬੀ ਦੇ ਵਿੱਚ ਇੱਥੇ ਫਿਸ਼ੀ ਆਈਲੈਂਡ ਵਾਸਤੇ ਇੱਦਾਂ ਬੋਟਾਂ ਜਾਂਦੀਆਂ ਨੇ ਪੈਕੇਜ ਬੁੱਕ ਹੁੰਦਾ ਇੱਕ ਫਿਸ਼ੀ ਆਈਲੈਂਡ ਹੁੰਦਾ ਆ ਉਹਦੇ ਵਿੱਚ ਛੋਟੇ ਛੋਟੇ ਹੋਰ ਹੁੰਦੇ ਨੇ ਕਾਫੀ ਵਿੱਚ ਹੁੰਦੇ ਨੇ ਅਤੇ ਉਹ ਸਾਰਾ ਯਾਨੀ ਕਿ ਵਿੱਚ ਨਾ ਐਡ ਹੀ ਹੁੰਦਾ ਆ ਅਤੇ ਉਹਦੇ ਵਿੱਚ ਕਈ ਮਤਲਬ ਕਿ ਲੰਚ ਵੀ ਦਿੰਦੇ ਨੇ ਕਈ ਲੰਚ ਤੋਂ ਬਿਨਾਂ ਦਿੰਦੇ ਨੇ ਮੈਂ ਇੱਕ ਪਤਾ ਕੀਤਾ ਸੀ ਉਹ ਲੰਚ ਤੋਂ ਬਿਨਾਂ 1200 ਮੰਗਦੇ ਸੀ ਅਤੇ 1200 ਮੰਗਦੇ ਸੀਗੇ ਫਿਰ ਮੈਂ ਆਪਣਾ ਇੱਥੇ ਨੇਪਾਲੀ ਬਾਈ ਆ ਜਿਹੜਾ ਮੈਨੂੰ ਟੱਕਰਿਆ ਉਹ ਕਹਿੰਦਾ ਮੇਰੀ ਵਾਕਫ ਹੈਗੀ ਆ ਇੱਕ ਜਿਹੜੀ ਲੈ ਕੇ ਜਾਂਦੀ ਟੂਰ ਫਿਰ ਉਹਦੇ ਕੋਲ ਗਏ ਸੀਗੇ ਅਤੇ ਉਹਦੇ ਤੋਂ ਬਾਅਦ ਫਿਰ ਗਏ ਸੀਗੇ ਅਸੀਂ ਔਰ ਉਹ ਤੋਂ ਬਾਅਦ ਫਿਰ ਉਹ ਮੇਰੇ ਨਾਲ ਗਿਆ ਅਸੀਂ ਇਕੱਠੇ ਗਏ ਹਾਂ ਉੱਥੇ ਬੁੱਕ ਕੀਤਾ ਉਹ 1400 ਮੰਗਦੀ ਸੀ ਅਤੇ ਕਹਿੰਦੀ ਸੀ ਲੰਚ ਦਊਂਗੀ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ 1200 ਦੀ ਗੱਲ ਕਰ ਮੈਂ ਪਹਿਲਾਂ 1200 ਕਿਹਾ ਸੀ ਕਹਿੰਦਾ ਉਹ ਆਪ ਲੰਚ ਦੇ ਰਹੀ ਸੀ ਮੈਂ ਕਿਹਾ ਨਹੀਂ ਕਹਿੰਦਾ ਯਾਰ ਇਹ ਲੰਚ ਦੇਗੀ ਮੈਂ ਕੋਈ ਨਹੀਂ ਘੱਟ ਕਰਾ ਦੂੰ ਫਿਰ ਉਹ ਕਹਿੰਦਾ ਠੀਕ ਆ ਉਹਨੇ ਗੱਲ ਕੀਤੀ ਅਤੇ ਉਹ 1200 ਇੱਧਰ ਦਾ ਬਾਥ ਆ ਜਿਹੜਾ 1200 ਬਾਥ ਵਿੱਚ ਲੰਚ ਵੀ ਵਿੱਚ ਆਈ ਅਤੇ ਉਹ ਮੰਨ ਗਈ 1000 ਮੈਂ ਉੱਥੇ ਉਹਨੂੰ ਜਮ੍ਹਾਂ ਕਰਾ ਤਾ ਉਹਨੇ ਮੈਨੂੰ ਸ਼ਿਫਟ ਕੱਟ ਕੇ ਦੇ ਦਿੱਤੀ ਅਤੇ 200 ਕਹਿੰਦੀ ਸੀ ਜਦੋਂ ਤੁਸੀਂ ਬੋਰਡ 'ਚ ਬੈਠਣ ਲੱਗੋਗੇ ਉੱਥੇ 200 ਦੇਣਾ ਤੁਸੀਂ ਅਤੇ ਮੈਂ 200 ਇੱਥੇ ਦਿੱਤਾ ਟੋਟਲ 1200 ਮੈਂ ਦੇ ਚੁੱਕਾ ਅਤੇ ਹੁਣ ਜਾ ਕੇ ਸ਼ਾਮਾਂ ਨੂੰ ਮੁੜਨਾ ਆ 4-5 ਵਜੇ ਮੁੜਨਾ 15-20 ਮਿੰਟ ਹੋ ਗਏ ਇਹਨਾਂ ਦੇ 2 ਬੰਦੇ ਨਹੀਂ ਆਏ ਹਜੇ ਉਹਨਾਂ ਦੀ ਵੇਟ ਕਰੀ ਜਾਂਦੇ ਹਾਂ ਪਤਾ ਨਹੀਂ ਕਦੋਂ ਆਉਂਦੇ ਨੇ 9:30 ਹੋ ਗਏ ਨੇ 8:30 ਵਜੇ ਦਾ ਗਿਆ ਸੀ ਚਲੋ ਨਿਕਲੇ ਦਾ ਤਾਂ 8:30 ਵਜੇ ਦੇ ਹੋਟਲ 'ਚੋਂ ਪਰ ਹੁਣ ਇੱਥੋਂ ਤੁਰਾਂਗੇ ਤਾਂ ਫਿਰ ਹੀ ਗੱਲ ਬਣੂਗੀ ਬਾਈ ਦੀ ਟੋਪੀ ਬੜੀ ਘੈਂਟ ਆ ਐਨਕਾਂ ਵਿੱਚ ਫਿਕਸ ਆ
Before we get up for take photo only. Cafe na take picture.